ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ SGPC ਦੇ ਸਹਿਯੋਗ ਨਾਲ 6000 ਬੱਚਿਆਂ ਦੇ ਵੱਲੋਂ ਆਪਣੇ ਘਰਾਂ 'ਚ ਸਹਿਜ ਪਾਠ ਸ਼ੁਰੂ ਕੀਤੇ ਗਏ ਸੀ, ਜਿਸ ਦੇ ਚੱਲਦੇ ਅੱਜ ਗੁਰਦੁਆਰਾ ਸ਼੍ਰੀ ਬੇਰ ਸਾਹਿਬ 'ਚ ਸਹਿਜ ਪਾਠ ਦੇ ਭੋਗ ਪਾਏ ਗਏ। ਸਮਾਗਮ 'ਚ ਪਹੁੰਚੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਦਾ ਮਕਸਦ ਨਵੀਂ ਪੀੜ੍ਹੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨਾਲ ਜੋੜਨਾ ਹੈ। ਪੁਰ ਲੋਧੀ ਧਰਤੀ ਦੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਤਕਰੀਬਨ 7,000 ਬੱਚਿਆਂ ਨੇ ਜੋ ਲਗਾਤਾਰ ਸਕੂਲਾਂ ਦੇ ਸਹਿਜ ਪਾਠ ਸ਼ੁਰੂ ਕੀਤੇ ਸੀ, ਉਹਨਾਂ ਦੇ ਭੋਗ ਪਾਏ ਸੰਗਤੀ ਰੂਪ ਵਿੱਚ। ਬੜੀ ਖੁਸ਼ੀ ਹੈ ਕਿ ਅੱਜ ਜਿਹੜਾ ਸਾਡਾ ਆਉਣ ਵਾਲਾ ਭਵਿੱਖ ਹੈ, ਆਉਣ ਵਾਲਾ ਧਨ ਹੈ, ਆਉਣ ਵਾਲੀ ਸਾਡੀ ਜਾਇਦਾਦ ਹੈ, ਆਉਣ ਵਾਲੀ ਸਾਡੀ ਅਮਾਨਤ ਹੈ, ਉਹਨਾਂ ਦੇ ਮਨਾਂ ਵਿੱਚ ਇੰਨੀ ਲਗਨ ਪੈਦਾ ਹੋਈ ਹੈ ਕਿ ਜਿਸ ਧਰਤੀ ਦੇ ਉੱਤੇ ਬਾਣੀ ਦਾ ਪ੍ਰਕਾਸ਼ ਹੋਇਆ, ਅਸੀਂ ਸਾਰਿਆਂ ਨੇ ਜਿਹੜੇ ਤਕਰੀਬਨ 6-6 ਮਹੀਨੇ ਤੋਂ ਪਾਠ ਸ਼ੁਰੂ ਕੀਤੇ ਸੀ, ਉਹ ਅਸੀਂ ਜਾ ਕੇ ਭੋਗ ਉੱਥੇ ਪਾਉਣੇ। ਅਤੇ ਮੈਂ ਧੰਨਵਾਦ ਕਰਦੀ ਹਾਂ ਸਰਦਾਰ ਦਿਲਬਾਗ ਸਿੰਘ ਜੀ ਅਤੇ ਖਾਸ ਕਰਕੇ ਸਰਦਾਰ ਜਤਿੰਦਰ ਸਿੰਘ ਜੀ ਆਸਟ੍ਰੇਲੀਆ ਵਾਲੇ, ਜਿਹੜੀ ਪੂਰੀ ਟੀਮ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਇਸ ਵੇਲੇ ਤਕਰੀਬਨ ਦੇਸ਼ ਦੇ ਵਿੱਚ 3.5 ਲੱਖ ਵਿਅਕਤੀ ਜਿਹੜਾ, ਜਿੱਥੇ ਬਜ਼ੁਰਗ ਵੀ ਹੈ, ਮਾਈਆਂ ਵੀ ਹੈ, ਬੀਬੀਆਂ, ਭੈਣਾਂ, ਸਕੂਲਾਂ ਦੇ ਬੱਚੇ, ਕਾਲਜਾਂ ਦੇ ਬੱਚੇ, ਯੂਨੀਵਰਸਿਟੀਆਂ ਦੇ ਬੱਚੇ, ਉਹ ਪਾਠ ਕਰ ਰਹੇ। ਅਤੇ ਸਹਿਜ ਪਾਠ ਕਰਨਾ ਕਿਉਂ ਜ਼ਰੂਰੀ ਹੈ? ਕਿਉਂਕਿ ਹਰ ਮਨੁੱਖ ਦੇ ਨੇਤਰਾਂ ਦੇ ਵਿੱਚੋਂ ਜਦੋਂ ਬਾਣੀ ਆਪ ਪ੍ਰਵੇਸ਼ ਹੁੰਦੀ ਹੈ ਤਾਂ ਉਹਦੇ ਹਿਰਦੇ ਵਿੱਚ ਵੱਸਦੀ ਹੈ। ਮੈਂ ਸਮਝਦੀ ਹਾਂ ਕਿ ਭਾਗਾਂ ਵਾਲੇ ਨੇ ਬੱਚੇ ਜਿਹੜੇ, ਕਿ ਕਈ ਲੋਕਾਂ ਨੇ ਅਜੇ ਤੱਕ ਪਾਠ ਨਹੀਂ ਕੀਤੇ ਹੋਣਗੇ ਪੂਰੇ, ਲੇਕਿਨ ਸਾਡੇ ਬੱਚਿਆਂ ਨੇ ਇੰਨਾ ਉਪਰਾਲਾ ਕੀਤਾ ਕਿ ਲਗਾਤਾਰ ਸਕੂਲਾਂ 'ਚ ਪਾਠ ਕਰਦੇ ਹੈ, ਫਿਰ ਅੱਗੋਂ ਸ਼ੁਰੂ ਕਰ ਦਿੰਦੇ ਆ, ਕਈਆਂ ਨੇ 20-20 ਵਾਰੀ ਵੀ ਪਾਠ ਕਰਦੇ ਆ। ਸੋ ਮੈਂ ਜਿੱਥੇ ਵਧਾਈ ਦਿੰਦੀ ਹਾਂ ਉੱਥੇ ਧੰਨ ਗੁਰੂ ਨਾਨਕ ਸਾਹਿਬ ਦੇ ਸ਼ੁਕਰਾਨਾ ਕਰਦੀ ਹਾਂ ਕਿ ਇਹਨਾਂ ਸਮਾਗਮਾਂ ਦੇ ਵਿੱਚ ਬਹੁਤ ਪਿਆਰੇ ਬੱਚਿਆਂ ਨੇ ਅੱਜ ਜਿੱਥੇ ਭੋਗ ਪਾਏ ਹੈ। ਉੱਥੇ 2 ਨਵੰਬਰ ਨੂੰ ਇਸੇ ਤਰ੍ਹਾਂ 17,000-18,000 ਦੀ ਗਿਣਤੀ ਵਿੱਚ ਸਾਡੇ ਬਜ਼ੁਰਗ ਵੀ, ਸਾਡੀਆਂ ਭੈਣਾਂ, ਸਾਡੇ ਮਾਤਾ ਪਿਤਾ, ਉਹ ਸਾਰੇ ਆ ਕੇ ਸੰਗਤ ਰੂਪ ਸਹਿਜ ਪਾਠ ਦੇ ਭੋਗ ਪਾਉਣਗੇ।